ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਮੀਡੀਅਮ ਚੈਨਲ ਦੇ ਵਿੱਚ ਤੁਹਾਡਾ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, PSSB ਜਿਸ ਦੀ ਕਾਉਂਸਲਿੰਗ 10 ਤਰੀਕ 6 ਮਹੀਨਾ 2019 ਤੋਂ  1 ਜੁਲਾਈ 2019 ਤੱਕ ਹੋਣੀ ਹੈ ਦੋਸਤੋ, ਉਸ ਦਾ ਕੱਲ੍ਹ ਜਾਣੀ ਕਿ 12/6/2019 ਨੂੰ ਦੂਜਾ ਦਿਨ ਸੀਗਾ ਦੋਸਤੋ। ਦੂਸਰੇ ਦਿਨ ਦੇ ਵਿੱਚ ਡਿਪਾਰਟਮੈਂਟ ਦੀ ਜਿਹੜੀ ਚੋਣ ਹੈ ਉਹ ਸਭ ਤੋਂ ਵੱਧ ਕਿਹੜੀ ਹੋਈ ਅਤੇ ਸਭ ਤੋਂ ਘੱਟ ਕਿਹੜੀ ਡਿਪਾਰਟਮੈਂਟ ਚੁਣਿਆ ਗਿਆ ਅਤੇ ਕਿਹੜੇ ਡਿਪਾਰਟਮੈਂਟ ਟ੍ਰੈਂਡਿੰਗ ਦੇ ਵਿੱਚ ਕਹਿ ਸਕਦੇ ਹਾਂ ਕਿ ਟ੍ਰੈਂਡਿੰਗ 'ਚ ਚੱਲ ਰਹੇ ਹਨ, ਕਿਹੜੇ ਡਿਪਾਰਟਮੈਂਟ ਜ਼ਿਆਦਾ ਫੇਲ ਹੋ ਰਹੇ ਹਨ, ਉਹਨਾਂ ਦੇ ਬਾਰੇ ਮੈਂ ਤੁਹਾਨੂੰ ਅੱਜ ਜਾਣਕਾਰੀ ਦੇ ਦੇਣਾ ਚਾਹੁੰਦਾ। ਅੱਜ ਇਹਨਾਂ ਨੇ ਦੂਸਰੇ ਦਿਨ ਦੀ ਕਾਉਂਸਲਿੰਗ ਤੋਂ ਬਾਅਦ ਆਪਣੀ ਜਿਹੜੀ ਲਿਸਟ ਹੈਗੀ ਬਚੇ ਹੋਏ ਡਿਪਾਰਟਮੈਂਟਸ ਦੀ ਉਹ ਆਪਣੇ ਨੈੱਟ ਦੇ ਉੱਪਰ ਅਪਲੋਡ ਕਰ ਦਿੱਤੀ ਹੈ ਦੋਸਤੋ। ਇੱਕ ਤਾਂ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਕਿ ਜਿਹੜਾ ਡੈਰੀ ਵਿਕਾਸ ਵਿਭਾਗ ਹੈ ਇਸ ਦੀਆਂ ਪਹਿਲੇ ਦਿਨ ਵੀ 10 ਸੀਟਾਂ ਹੀ ਖਾਲੀ ਸਨ, ਦੂਸਰੇ ਦਿਨ ਵੀ 10, ਤੀਸਰੇ ਦਿਨ ਵੀ 10, ਠੀਕ ਹੈ ਦੋਸਤੋ। ਇਹਨਾਂ ਨੂੰ ਇਸ ਨੂੰ ਸਭ ਤੋਂ ਘੱਟ ਤਰਜੀਹ ਮਿਲ ਰਹੀ ਹੈ ਅਤੇ ਜਿਹੜੇ 5 ਨੰਬਰ ਦਾ ਡਿਪਾਰਟਮੈਂਟ ਹੈ ਵਿੱਤੀ ਵਿਭਾਗ ਖਜ਼ਾਨਾ ਅਤੇ ਲੇਖਾ ਸ਼ਾਖਾ ਟ੍ਰੈਜਰੀ ਔਰਗਨਾਈਜੇਸ਼ਨ ਵੀ ਕਹਿ ਦਿੰਦੇ ਨੇ ਦੋਸਤੋ। ਇਸ ਦੇ ਵਿੱਚ ਪਹਿਲੇ ਦਿਨ 65 ਪੋਸਟਾਂ ਸਨ ਅਤੇ ਦੂਸਰੇ ਦਿਨ ਦੇ ਵਿੱਚ ਇਹ 52 ਰਹਿ ਗਈਆਂ ਅਤੇ ਹੁਣ ਇਹ 35 ਰਹਿ ਗਈਆਂ ਦੋਸਤੋ। ਮਤਲਬ ਕਿ ਇਸ ਦੇ ਵਿੱਚ ਵੀ ਕਈ ਉਮੀਦਵਾਰ ਇਹ ਡਿਪਾਰਟਮੈਂਟ ਦੀ ਚੋਣ ਵੀ ਕਰ ਰਹੇ ਹਨ ਦੋਸਤੋ। ਮੱਛੀ ਪਾਲਣ ਦੀਆਂ ਪਹਿਲੇ ਦਿਨ 7 ਸਨ, ਫਿਰ 5, ਫਿਰ 5। ਇਸ ਦੇ ਕੁਝ ਖਾਸ ਇਸ ਦੇ ਬਾਰੇ ਰੁਝਾਨ ਨਹੀਂ ਚੱਲ ਰਿਹਾ ਦੋਸਤੋ। ਜਿਹੜੇ ਡਿਪਟੀ ਕਮਿਸ਼ਨਰ DC ਦਫ਼ਤਰ ਹਨ ਉਹਨਾਂ ਦੇ ਲਗਾਤਾਰ ਸੀਟਸ ਫਿੱਲ ਹੁੰਦੀਆਂ ਜਾ ਰਹੀਆਂ ਹਨ ਕਿਉਂਕਿ ਲੋਕ ਨੇੜੇ ਆਪਣਾ ਲੋਕਲ ਪੋਸਟਿੰਗ ਦੇ ਲਈ ਸਭ ਤੋਂ ਵਧੀਆ ਆਪਸ਼ਨ ਕਿਹੜੀ ਹੈ DC ਦਫ਼ਤਰ। ਪਰ ਦੋਸਤੋ ਇਸ ਦੇ ਵਿੱਚ ਕੰਮ ਥੋੜ੍ਹਾ ਜ਼ਿਆਦਾ, ਇਸ ਕਰਕੇ ਕਈ ਉਮੀਦਵਾਰ ਇਸ ਨੂੰ ਪ੍ਰੈਫਰ ਨਹੀਂ ਕਰਦੇ। ਪਰ ਫਿਰ ਵੀ ਕਈ ਉਮੀਦਵਾਰਾਂ ਨੇ ਜਿਵੇਂ ਕਿ ਲੜਕੀਆਂ ਨੇ ਉਹਨਾਂ ਨੂੰ ਦੂਰ ਦੀ ਪੋਸਟਿੰਗ ਠੀਕ ਨਹੀਂ ਰਹਿੰਦੀ, ਇਸ ਕਰਕੇ ਉਹ ਨੇੜੇ ਦੀ ਪੋਸਟਿੰਗ ਦੇ ਲਈ ਹੀ ਤਰਜੀਹ ਕਰਦੀਆਂ ਹਨ, ਇਸ ਕਰਕੇ DC ਦਫ਼ਤਰ ਕਈ ਲੜਕੀਆਂ ਨੇ ਭਰੇ ਹੋ ਸਕਦੇ ਹਨ। ਅਤੇ ਦੋਸਤੋ ਉਸ ਤੋਂ ਬਿਨਾਂ ਜਿਹੜਾ ਬਾਲ ਵਿਕਾਸ ਵਿਭਾਗ ਹੈ, ਬਾਲ ਵਿਭਾਗ ਜਿਹੜਾ ਕਿ 22 ਨੰਬਰ ਦੇ ਉੱਪਰ ਵਿਭਾਗ ਹੈ ਦੋਸਤੋ, ਬਾਲ ਵਿਕਾਸ ਵਿਭਾਗ, ਇਸ ਦੇ ਵਿੱਚ ਦੋਸਤੋ ਪਹਿਲੇ ਦਿਨ ਲਗਭਗ 50 ਦੇ ਆਸ ਪਾਸ ਪੋਸਟਾਂ ਸਨ, ਹੁਣ 40 ਹਨ। ਇਹ ਵੀ ਕੁਝ ਖਾਸ ਫਿੱਲ ਨਹੀਂ ਹੋ ਰਿਹਾ। ਅਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹੜਾ ਵਿਭਾਗ ਸਭ ਤੋਂ ਜ਼ਿਆਦਾ ਫਿੱਲ ਹੋ ਰਿਹਾ ਦੋਸਤੋ। PWD ਇਹ ਵਿਭਾਗ ਦੋਸਤੋ ਪਹਿਲੇ ਦਿਨ ਵੀ ਪੂਰੀ 78 ਪੋਸਟਾਂ ਇਸ ਦੀਆਂ ਫਿੱਲ ਹੋ ਚੁੱਕੀਆਂ ਸਨ, 78 ਵੈਕੈਂਸੀਜ਼ ਸਿਰਫ ਜਨਰਲ ਦੇ ਵਿੱਚ। ਅਤੇ ਦੂਸਰੇ ਦਿਨ ਦੋਸਤੋ ਇਹ 106, ਲਗਭਗ 200 ਕੈਂਡੀਡੇਟਸ ਦੀ ਹੋਈ ਸੀ ਦੂਸਰੇ ਦਿਨ ਕਾਉਂਸਲਿੰਗ, ਉਸ ਦੇ ਵਿੱਚ 106 ਜਣਿਆਂ ਨੂੰ PWD ਦੇ ਵਿੱਚ ਪੋਸਟਿੰਗ ਮਿਲੀ ਹੈ ਦੋਸਤੋ। ਸੋ ਦੇਖ ਲਓ, ਤੁਸੀਂ ਆਪ ਦੇਖ ਸਕਦੇ ਹੋ ਕਿ PWD ਦੀ ਕਿੰਨੀ PWD ਕਿੰਨੇ ਉਮੀਦਵਾਰ ਭਰ ਰਹੇ ਹਨ। ਪਹਿਲੇ ਦਿਨ 301 ਪੋਸਟਾਂ ਸਨ, ਦੂਸਰੇ ਦਿਨ ਦੂਸਰੀ ਕਾਉਂਸਲਿੰਗ ਦੇ ਟਾਈਮ ਇਹ 223 ਬਚ ਗਈਆਂ ਅਤੇ ਹੁਣ ਇਹ 117 ਜਨਰਲ ਦੇ ਵਿੱਚ 117 ਪੋਸਟਾਂ ਬਚੀਆਂ ਹਨ ਦੋਸਤੋ। ਇਸ ਹਿਸਾਬ ਦੇ ਨਾਲ ਲੱਗਦਾ ਹੈ ਕਿ ਸਿਰਫ ਕੱਲ੍ਹ ਦੇ ਦਿਨ ਦੇ ਵਿੱਚ ਹੀ PWD ਹੈ ਜਿਹੜੀ ਉਹ ਪੂਰੀ ਦੀ ਪੂਰੀ ਫਿੱਲ ਹੋ ਜਾਵੇਗੀ ਅਤੇ ਚੌਥੇ ਦਿਨ ਦੀ ਕਾਉਂਸਲਿੰਗ ਦੇ ਲਈ ਸ਼ਾਇਦ ਹੀ ਕੋਈ ਸੀਟ ਬਚੇ PWD ਦੇ ਲਈ ਦੋਸਤੋ। ਅੱਜ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਜਿਹੜੀ ਡਿਪਾਰਟਮੈਂਟ PWD ਹੈ ਸਭ ਤੋਂ ਪਹਿਲੇ ਨੰਬਰ 'ਤੇ ਇਹੀ ਡਿਪਾਰਟਮੈਂਟ ਚੱਲ ਰਿਹਾ ਹੈ ਅਤੇ ਜਿਹੜਾ ਆਮ ਰਾਜ ਵਿਭਾਗ ਸੀਗਾ ਜਿਸ ਨੂੰ ਆਪਾਂ ਚੰਡੀਗੜ੍ਹ ਸੈਕਟਰੀਏਟ ਕਹਿ ਦਿੰਦੇ ਹਾਂ ਦੋਸਤੋ, ਉਹ
ਸੈਕਟਰੀ ਆਮ ਰਾਜ ਵਿਭਾਗ ਵੀ ਪਹਿਲੇ ਦਿਨ ਹੀ ਫਿੱਲ ਹੋ ਚੁੱਕਿਆ ਸੀ ਦੋਸਤੋ। ਉਸ ਦੀਆਂ 29 ਪੋਸਟਾਂ ਸਨ, 29 ਦੀਆਂ 29 ਪੋਸਟਾਂ ਪਹਿਲੇ ਦਿਨ ਦੇ ਵਿੱਚ ਹੀ ਫਿੱਲ ਹੋ ਚੁੱਕੀਆਂ ਹਨ। ਅਤੇ ਦੋਸਤੋ ਆਮ ਰਾਜ ਵਿਭਾਗ ਦੂਸਰੀ ਦਿਨ ਦੀ ਕਾਉਂਸਲਿੰਗ ਵੇਲੇ ਵੀ 0 ਸੀ ਅਤੇ ਹੁਣ ਵੀ 0 ਹੀ ਹੈ। ਸਭ ਤੋਂ ਪਹਿਲੇ ਨੰਬਰ 'ਤੇ PWD ਕਹਿ ਸਕਦੇ ਹਾਂ, ਦੂਜੇ ਨੰਬਰ 'ਤੇ ਆਮ ਰਾਜ ਵਿਭਾਗ ਮਤਲਬ ਕਿ ਚੰਡੀਗੜ੍ਹ ਸੈਕਟਰੀਏਟ ਕਹਿ ਸਕਦੇ ਹਾਂ, ਤੀਜੇ ਨੰਬਰ 'ਤੇ ਟ੍ਰੈਜਰੀ ਐਂਡ ਅਕਾਊਂਟਸ ਔਰਗਨਾਈਜੇਸ਼ਨ, ਟ੍ਰੈਜਰੀ ਔਰਗਨਾਈਜੇਸ਼ਨ ਜਿਹੜੀ ਕਿ 5 ਨੰਬਰ ਦੇ ਉੱਪਰ ਹੈ ਦੋਸਤੋ। ਇਸ ਦੇ ਵਿੱਚ 65 ਪੋਸਟਾਂ ਸਨ, ਹੁਣ 35 ਰਹਿ ਗਈਆਂ ਹਨ। ਤੀਜੇ ਨੰਬਰ 'ਤੇ ਇਹ ਫਿੱਲ ਹੋ ਜਾਣ ਵਾਲੀ ਸਭ ਤੋਂ ਜ਼ਿਆਦਾ ਮੰਗ ਹੈ ਦੋਸਤੋ ਇਸ ਦੀ। ਇਹ 3 ਔਰਗਨਾਈਜੇਸ਼ਨਾਂ ਬਾਰੇ ਮੈਂ ਤੁਹਾਨੂੰ ਦੱਸ ਦਿੱਤਾ, ਅਤੇ ਕਿਹੜਿਆਂ ਦੀ ਨਹੀਂ ਹੋ ਰਹੀ ਉਹ ਮੈਂ ਤੁਹਾਨੂੰ ਦੱਸ ਦਿੱਤਾ ਕਿ ਡੈਰੀ ਵਿਕਾਸ ਵਿਭਾਗ ਦੀ ਹਜੇ ਤੱਕ 1 ਵੀ ਪੋਸਟ ਫਿੱਲ ਨਹੀਂ ਹੋਈ ਦੋਸਤੋ। ਸੋ ਜੇਕਰ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਹੈ ਆਪਣੇ ਡਿਪਾਰਟਮੈਂਟ ਨੂੰ ਚੂਜ਼ ਕਰਨ ਦੇ ਵੇਲੇ, ਆਪਣੇ ਐਪਲੀਕੇਸ਼ਨ ਭਰਨ ਦੇ ਵੇਲੇ, ਤਾਂ ਤੁਸੀਂ ਕੋਈ ਵੀ ਕੁਸ਼ਚਨ ਆਪਣੀ ਵੀਡੀਓ ਦੇ ਨੀਚੇ ਪੁੱਛ ਸਕਦੇ ਹੋ। ਇਸ ਦੇ ਰਿਲੇਟਡ ਮੈਂ ਇਸ ਤੋਂ ਪਹਿਲਾਂ ਕਈ ਵੀਡੀਓਜ਼ ਪਾਈਆਂ ਸਨ, ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਆਪਣੇ ਆਪਣੇ ਚੈਨਲ ਦੇ ਵਿੱਚ ਜਾ ਕੇ। ਦੋਸਤੋ ਜੇਕਰ ਤੁਹਾਨੂੰ ਆਪਣੀ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਆਪਣਾ ਚੈਨਲ ਵੀ ਸਬਸਕ੍ਰਾਈਬ ਕਰਨਾ ਦੋਸਤੋ। ਸੋ ਸਤਿ ਸ਼੍ਰੀ ਅਕਾਲ ਦੋਸਤੋ।